ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਐਗਜ਼ਾਮ ਵਾਰੀਅਰ ਦੇ ਅੱਜ ਦੀ ਕਲਾਸ ਦੇ ਵਿੱਚ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਹੋਵੋਗੇ। ਕਾਫੀ ਦਿਨਾਂ ਬਾਅਦ ਸਾਡੀ ਕਲਾਸ ਲੱਗ ਰਹੀ ਹੈ ਜੀ, ਕੁਛ ਜ਼ਰੂਰੀ ਕੰਮ ਦੇ ਕਰਕੇ ਕਿਤੇ ਆਊਟ ਆਫ ਸਟੇਟ ਜਾਣਾ ਪੈ ਗਿਆ, ਜਿਸ ਕਰਕੇ ਬਹੁਤ ਦਿਨਾਂ ਤੋਂ ਅਸੀਂ ਤੁਹਾਡੀ ਕਲਾਸ ਜਿਹੜੀ ਉਹ ਨਹੀਂ ਲੈ ਸਕੇ, ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ। ਇੱਕ ਵਾਰੀ ਫਿਰ ਤੋਂ ਹੁਣ ਅਸੀਂ ਅੱਜ ਦੁਬਾਰਾ ਤੋਂ ਸਟਾਰਟ ਕਰ ਰਹੇ ਹਾਂ ਜੀ। ਉਮੀਦ ਕਰਦੇ ਹਾਂ ਕਿ ਹੁਣ ਲਗਾਤਾਰ ਜਿਹੜੀ ਆ ਉਹ ਇਸੇ ਢੰਗ ਦੇ ਨਾਲ ਅਸੀਂ ਕਲਾਸ ਲਾਉਣ ਦੇ ਵਿੱਚ ਕਾਮਯਾਬ ਹੋਵਾਂਗੇ, ਅਤੇ ਤੁਸੀਂ ਵੀ ਸਾਡਾ ਸਾਥ ਪਹਿਲਾਂ ਦੀ ਤਰ੍ਹਾਂ ਦਿੰਦੇ ਰਹੋਗੇ। ਵਟਸਐਪ ਦਾ ਨੰਬਰ ਹੈ ਜੀ ਸਾਡਾ 8264436201, ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਤੇ ਜਿੰਨੇ ਵੀ ਸਾਡੀ ਲੈਕਚਰ ਸੀਰੀਜ਼ ਹੈ ਜਾਂ ਸਾਡੀ ਕੁਐਸਚਨ ਸੀਰੀਜ਼ ਹੈ, ਐਮ ਸੀ ਕਿਊ ਦੇ ਮੌਕ ਟੈਸਟ ਹੈਗੇ ਆ, ਉਹਨਾਂ ਸਾਰਿਆਂ ਦੀ PDF ਸਾਡੇ ਕੋਲੋਂ ਲੈ ਸਕਦੇ ਹੋ। ਇਹ ਤੋਂ ਇਲਾਵਾ ਸਾਡੇ ਕੋਲ ਪ੍ਰੈਕਟਿਸ ਪੇਪਰ ਵੀ ਰੈਡੀ ਹੈ ਜੀ, ਉਹ ਸਾਰੇ ਪ੍ਰੈਕਟਿਸ ਪੇਪਰ ਵੀ ਤੁਸੀਂ ਲੈ ਸਕਦੇ ਹੋ ਇਸ ਨੰਬਰ ਦੇ ਉੱਪਰ ਵਟਸਐਪ ਕਰਕੇ ਸਾਨੂੰ। ਜੇ ਚੈਨਲ ਦੇ ਉੱਪਰ ਨਵੇਂ ਹੋ ਜੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਜੇ ਆਲਰੇਡੀ ਸਬਸਕ੍ਰਾਈਬ ਕਰ ਲਿਆ ਤਾਂ ਬੈੱਲ ਆਈਕਨ ਨੂੰ ਜ਼ਰੂਰ ਦਬਾ ਲਓ। ਜੇ ਤੁਸੀਂ ਦੋਨੇ ਕੰਮ ਕਰ ਚੁੱਕੇ ਹੋ ਮਤਲਬ ਬੈੱਲ ਆਈਕਨ ਵੀ ਦਬਾ ਲਿਆ ਸਬਸਕ੍ਰਾਈਬ ਵੀ ਕਰ ਲਿਆ ਤਾਂ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਤੁਹਾਡਾ, ਅਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਦੇ ਕਰੋ ਜਲਦੀ ਜਲਦੀ, ਤਾਂ ਜੋ ਜਿੰਨੇ ਬੱਚੇ ਹੈਗੇ ਆ ਉਹ ਔਨਲਾਈਨ ਆ ਸਕਣ, ਫਿਰ ਜਿਹੜੇ ਅਸੀਂ ਜਲਦੀ ਦੇ ਨਾਲ ਆਪਣੀ ਕਲਾਸ ਉਹਨੂੰ ਸ਼ੁਰੂ ਕਰ ਸਕੀਏ। ਬਹੁਤ ਸਾਰੇ ਬੱਚੇ ਜਿਹੜੇ ਉਹ ਵਟਸਐਪ ਦੇ ਉੱਪਰ ਸੰਪਰਕ ਕਰ ਰਹੇ ਸੀ ਜੀ, ਕਲਾਸ ਦੇ ਬਾਰੇ 'ਚ ਪੁੱਛ ਰਹੇ ਸੀ, ਕੁਛ ਬੱਚਿਆਂ ਨੇ ਕਮੈਂਟ ਵੀ ਕੀਤੇ, ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜੀ। ਅਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਕਿਸੇ ਕਾਰਨ ਕਰਕੇ ਆਊਟ ਆਫ ਸਟੇਟ ਜਾਣਾ ਪੈ ਗਿਆ, ਕੁਛ ਦਿਨ ਬਿਜ਼ੀ ਰਹੇ, ਫਿਰ ਅੱਜ ਵਾਪਸ ਤੋਂ ਅਸੀਂ ਸ਼ੁਰੂ ਕੀਤਾ ਕਲਾਸ, ਅੱਜ ਵੀ ਕਾਫੀ ਕਰਦੇ ਕਰਦੇ ਲੇਟ ਹੋ ਗਿਆ। ਵੈਸੇ ਜਿਹੜੀ ਸਾਡੀ ਮੌਕ ਟੈਸਟ ਦੀ ਕਲਾਸ ਹੈ ਜੀ ਹਰ ਰੋਜ਼ ਹੁੰਦੀ ਹੈ ਦੁਪਹਿਰ 2 ਵਜੇ, ਕਦੇ ਕਦੇ ਅੱਜ ਵਾਂਗੂ ਅਸੀਂ ਲੇਟ ਵੀ ਹੋ ਜਾਂਦੇ ਹਾਂ ਜਿੱਦਾਂ ਅੱਜ ਹੋ ਗਏ। ਉਹਦੇ ਲਈ ਜ਼ਰੂਰੀ ਹੈ ਫਿਰ ਤੁਸੀਂ ਜਿਹੜਾ ਸਾਡੇ ਚੈਨਲ ਦੇ ਉੱਪਰ ਬੈੱਲ ਆਈਕਨ ਨੂੰ ਜ਼ਰੂਰ ਦਬਾ ਲਓ, ਕਿਉਂਕਿ ਬੈੱਲ ਆਈਕਨ ਦੇ ਨਾਲ ਇਹ ਫਾਇਦਾ ਹੁੰਦਾ ਕਿ ਜਦੋਂ ਵੀ ਕਲਾਸ ਲੇਟ ਹੋ ਜਾਵੇ ਕਿਸੇ ਕਾਰਨ ਕਰਕੇ, ਫਿਰ ਤੁਸੀਂ ਜੇ ਬੈੱਲ ਆਈਕਨ ਦਬਾਇਆ ਹੋਇਆ ਫਿਰ ਤੁਹਾਨੂੰ ਉਹ ਜਿਹੜਾ ਨੋਟੀਫਿਕੇਸ਼ਨ ਹੈ ਉਹ ਮਿਲ ਜਾਂਦੀ ਹੈ, ਉਸ ਨੋਟੀਫਿਕੇਸ਼ਨ ਦੇ ਨਾਲ ਤੁਸੀਂ ਬੜੀ ਆਸਾਨੀ ਦੇ ਨਾਲ ਫਿਰ ਵੀਡੀਓ ਨੂੰ ਦੇਖ ਸਕਦੇ ਹੋ। ਵੈਸੇ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਕਿ ਜਿੰਨੇ ਵੀ ਸਾਡੇ ਕੋਲ ਵਟਸਐਪ 'ਤੇ ਨੰਬਰ ਹੈਗੇ ਆਪਾਂ ਸਾਰਿਆਂ ਨੂੰ ਵਟਸਐਪ ਦੇ ਰਾਹੀਂ ਆਪਣੀ ਵੀਡੀਓ ਬਾਰੇ ਜਾਣਕਾਰੀ ਦੇਈਏ, ਲਿੰਕ ਅਸੀਂ ਸ਼ੇਅਰ ਕਰ ਦਿੰਦੇ ਹੁੰਦੇ ਹਾਂ। ਫਿਰ ਵੀ ਬਹੁਤ ਸਾਰੇ ਬੱਚੇ ਇੱਦਾਂ ਦੇ ਜਿਹੜੇ ਸਾਡੇ ਨਾਲ ਵਟਸਐਪ ਦੇ ਉੱਪਰ ਨਹੀਂ ਜੁੜੇ ਹੋਏ, ਉਹਨਾਂ ਦੇ ਲਈ ਬੈਟਰ ਇਹ ਹੀ ਹੈ ਜੀ ਕਿ ਤੁਸੀਂ ਬੈੱਲ ਆਈਕਨ ਨੂੰ ਜ਼ਰੂਰ ਦਬਾ ਲਓ। ਠੀਕ ਹੈ ਜੀ, ਜ਼ਿਆਦਾ ਲੰਬੀਆਂ ਚੌੜੀਆਂ ਗੱਲਾਂ ਨਾ ਕਰੀਏ, ਸ਼ੁਰੂ ਕਰਦੇ ਹਾਂ ਅੱਜ ਦੀ ਸਾਡਾ ਜਿਹੜਾ ਮੌਕ ਟੈਸਟ ਹੈ। ਮੌਕ ਟੈਸਟ ਨੰਬਰ 40 ਰਹੇਗਾ ਜੀ, 40 ਨੰਬਰ, ਇਹ ਤੋਂ ਪਹਿਲਾਂ ਅਸੀਂ 30 ਜਿਹੜੇ 39 39 ਮੌਕ ਟੈਸਟ ਅਸੀਂ ਕਰ ਚੁੱਕੇ ਹਾਂ। ਟੀਚਰ ਡੇ ਦੇ ਉੱਪਰ ਬਹੁਤ ਸਾਰੇ ਤੁਹਾਡੇ ਵੱਲੋਂ ਸ਼ੁਭਕਾਮਨਾਵਾਂ ਆਈਆਂ ਜੀ, ਉਹਦੇ ਲਈ ਸਾਰਿਆਂ ਦਾ ਧੰਨਵਾਦ ਹੈ ਜੀ। ਵੈਸੇ ਮੈਂ ਤਾਂ ਆਪਣੇ ਆਪ ਨੂੰ ਹਜੇ ਟੀਚਰ ਸਮਝਦਾ ਨਹੀਂ ਹੈਗਾ ਹਜੇ, ਕਿਆ ਵੈਸੇ ਵੀ ਅਤੇ ਕੋਸ਼ਿਸ਼ ਤਾਂ ਹੈ ਜੀ, ਵੈਸੇ 12 ਸਾਲ ਤੋਂ ਟੀਚਿੰਗ ਕਰ ਰਹੇ ਹਾਂ ਲਗਾਤਾਰ, ਪਰ ਜਿਹੜਾ ਟੀਚਰ ਦੇ ਵਿੱਚ ਚਾਹੀਦੀ ਹੈ ਕੁਆਲਿਟੀ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਹੋਊਗੀ। ਤੁਸੀਂ ਸਾਰੇ ਚੰਗੇ ਟੀਚਰ ਬਣੋ, ਇਹ ਸਾਡੀਆਂ ਦੁਆਵਾਂ ਹੈਗੀਆਂ ਜੀ ਤੁਹਾਡੇ ਲਈ, ਔਰ ਕੋਸ਼ਿਸ਼ ਹੈ ਕਿ ਕਿਸੇ ਵੀ ਢੰਗ ਦੇ ਨਾਲ ਤੁਹਾਡੀ ਜ਼ਰੂਰ ਅਸੀਂ ਹੈਲਪ ਕਰ ਸਕੀਏ। ਬਹੁਤ ਸਾਰੇ ਤੁਹਾਡੇ ਵਿੱਚੋਂ ਪੜ੍ਹਾ ਵੀ ਰਹੇ ਹੋਣਗੇ, ਔਰ ਜ਼ਿਆਦਾ ਬੈਟਰ ਇਹੀ ਹੈ ਜੀ ਕਿ ਤੁਸੀਂ ਜਿਹੜੇ ਉਹ ਹਾਰਡ ਵਰਕ ਕਰੋ, ਔਰ ਕਿਉਂਕਿ ਸਿਸਟਮ ਇਸ ਢੰਗ ਦਾ ਹੋ ਗਿਆ ਕਿ ਟੀਚਰ ਦੀ ਜਿਹੜੀ ਵੈਲਿਊ ਹੈ ਉਹਨੂੰ ਖਤਮ ਕਰ ਦਿੱਤਾ ਸਿਸਟਮ ਨੇ। ਹੁਣ ਜਿੱਥੇ ਅਸੀਂ ਮਤਲਬ ਜੇ ਅਸੀਂ ਨਿੱਜੀ ਜਿਹੜੇ ਅਦਾਰੇ ਹੈਗੇ ਪ੍ਰਾਈਵੇਟ ਉਹਨਾਂ ਦੀ ਗੱਲ ਕਰੀਏ, ਉੱਥੇ ਟੀਚਿੰਗ ਕਰਦੇ ਹਾਂ ਜੀ ਹਾਰਡ ਵਰਕ ਜਿਹੜਾ ਬਹੁਤ ਜ਼ਿਆਦਾ ਕਰ ਰਹੇ ਆ ਟੀਚਰ, ਪਰ ਜਿਹੜੀ ਤਨਖਾਹ ਹੈਗੀ ਉਹ ਬਹੁਤ ਘੱਟ ਹੈ, ਔਰ ਲੋਕਡਾਊਨ ਦੇ ਵਿੱਚ ਤਾਂ ਬਹੁਤ ਸਾਰੇ ਸਕੂਲਾਂ ਨੇ ਉਹ ਜਿਹੜੀ ਬਿਲਕੁਲ ਨਾ ਮਾਤਰ ਵਰਗੀ ਤਨਖਾਹ ਸੀਗੀ ਉਹ ਵੀ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ। ਬਹੁਤ ਸਾਰਿਆਂ ਨੇ ਕੱਟ ਲਏ ਉਹਨਾਂ ਦੇ ਵਿੱਚੋਂ, ਮਤਲਬ ਜਿੱਦਾਂ ਹਾਫ ਦਿੱਤੀ ਹੈ ਸੈਲਰੀ, ਜਾਂ ਕਿਸੇ ਨੇ 60%, 40%, ਇਸ ਤਰ੍ਹਾਂ ਦੇ ਨਾਲ ਵੀ ਸ਼ੋਸ਼ਣ ਹੋਇਆ ਟੀਚਰਾਂ ਦਾ। ਔਰ ਫਿਰ ਕਿਉਂਕਿ ਜਿਹੜਾ ਪੈਸੇ ਦੇ ਕੇ ਐਜੂਕੇਸ਼ਨ ਲੈਣ ਵਾਲੀ ਸੋਚ ਹੈ ਬੱਚਿਆਂ ਦੀ, ਉਹਦੇ ਨਾਲ ਵੀ ਜਿਹੜੀ ਟੀਚਰ ਦੀ ਰਿਸਪੈਕਟ ਹੈ ਉਹਨੂੰ ਸੱਟ ਲੱਗਦੀ ਹੈ, ਕਿ ਉਹਨਾਂ ਨੂੰ ਉਹ ਸਾਨੂੰ ਟੀਚਰ ਨਹੀਂ ਸਮਝਦੇ ਜਦੋਂ ਇਹ ਚੀਜ਼ ਹੁੰਦੀ ਹੈ, ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਕੁਛ ਦਿੱਤਾ ਅਤੇ ਉਹਦੇ ਬਦਲੇ ਖਰੀਦ ਲਿਆ, ਟੀਚਰ ਦਾ ਕੋਈ ਸਾਡੇ ਉੱਪਰ ਅਹਿਸਾਨ ਨਹੀਂ ਹੈਗਾ ਜੇ ਉਹ ਸਾਨੂੰ ਪੜ੍ਹਾ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਹਨਾਂ ਨੇ ਟੀਚਰ ਦੇ ਵਕਾਰ ਨੂੰ, ਉਹਦੀ ਰਿਸਪੈਕਟ ਨੂੰ ਘਟਾਇਆ ਹੈਗਾ, ਪਰ ਕਿਉਂਕਿ ਹੁਣ ਸਾਡੇ ਵੱਸ ਦੀਆਂ ਗੱਲਾਂ ਨਹੀਂ ਹੈ, ਅਸੀਂ ਤਾਂ ਸਿਰਫ ਇਹੀ ਕਰ ਸਕਦੇ ਵੀ ਕਿਸੇ ਢੰਗ ਦੇ ਨਾਲ ਮਿਹਨਤ ਕਰੀਏ ਔਰ ਗੌਰਮੈਂਟ ਜੋਬ ਜਿਹੜੀ ਹੈ
ਉਹਨੂੰ ਹਾਸਲ ਕਰੀਏ, ਉੱਥੇ ਕੁਛ ਬੈਟਰ ਹੈ ਪ੍ਰਾਈਵੇਟ ਦੇ ਨਾਲੋਂ, ਮੈਨੂੰ ਇੱਦਾਂ ਮਹਿਸੂਸ ਹੁੰਦਾ। ਚਲੋ ਗੱਲਾਂ 'ਚ ਨਾ ਪਈਏ, ਆਪਾਂ ਸ਼ੁਰੂ ਕਰਦੇ ਹਾਂ ਜੀ ਵੀਡੀਓ ਅੱਜ ਦੀ। ਕਾਫੀ ਬੱਚੇ ਆ ਚੁੱਕੇ ਜੀ ਔਨਲਾਈਨ, ਥੈਂਕ ਯੂ ਜੀ ਸਾਰਿਆਂ ਨੂੰ। ਚਲੋ ਠੀਕ ਹੈ ਜੀ, ਲੈਂਦੇ ਹਾਂ ਫਿਰ ਪਹਿਲਾ ਕੁਐਸਚਨ। ਠੀਕ ਹੈ ਜੀ, ਪੰਜਾਬੀ ਦਾ ਕਿਹੜਾ ਸ਼ਾਇਰ ਜੋਬਨ ਰੁੱਤੇ ਤੁਰ ਗਿਆ? ਹਾਂਜੀ, ਜੋਬਨ ਰੁੱਤੇ ਕਿਹੜਾ ਸ਼ਾਇਰ ਤੁਰ ਗਿਆ? ਆਪਸ਼ਨ ਏ ਹੈ ਜੀ ਧਨੀ ਰਾਮ ਚਾਤ੍ਰਿਕ, ਬੀ ਹੈ ਜੀ ਕਿਰਪਾ ਸਾਗਰ, ਸੀ ਹੈ ਸ਼ਿਵ ਕੁਮਾਰ ਬਟਾਲਵੀ, ਡੀ ਹੈ ਨੰਦ ਲਾਲ ਨੂਰਪੁਰੀ। ਕਿਹੜਾ ਪੰਜਾਬੀ ਦਾ ਸ਼ਾਇਰ ਜੋਬਨ ਰੁੱਤੇ ਤੁਰ ਗਿਆ? ਬਿਲਕੁਲ ਜੀ, ਠੀਕ ਹੈ, ਆਸਾਨ ਸੀਗਾ ਕਾਫੀ ਸਵਾਲ, ਤੇ ਇਹ ਕਵਿਤਾ ਵੀ ਹੈ ਸ਼ਿਵ ਕੁਮਾਰ ਦੀ ਕਿ ਅਸੀਂ ਤਾਂ ਜੋਬਨ ਰੁੱਤੇ ਮਰਨਾ, ਇਹ ਉਹਨਾਂ ਦੀ ਕਵਿਤਾ ਵੀ ਹੈ, ਤੇ ਉਹੀ ਜਿਹੜੀ ਚੀਜ਼ ਉਹਨਾਂ ਦੇ ਨਾਲ ਉਹ ਘਟਿਤ ਵੀ ਹੋਈ ਜ਼ਿੰਦਗੀ ਦੇ ਵਿੱਚ। ਇਸੇ ਤਰ੍ਹਾਂ ਨਾਲ ਨੰਦ ਲਾਲ ਨੂਰਪੁਰੀ ਜਿਹੜਾ, ਉਹਨਾਂ ਦਾ ਵੀ ਕਾਫੀ ਦੁਖਾਂਤਕ ਰਿਹਾ ਜੀਵਨ ਜਿਹੜਾ ਹੈਗਾ ਐਂਡ ਦੇ ਵਿੱਚ ਖਾਸ ਤੌਰ ਤੇ। ਠੀਕ ਹੈ ਜੀ, ਅਗਲਾ ਪ੍ਰਸ਼ਨ ਲੈਂਦੇ ਹਾਂ। ਉਹ ਹੌਲੀ ਹੌਲੀ ਤੁਰਦਾ ਹੈ ਕਿਉਂਕਿ ਉਹ ਬਿਮਾਰ ਹੈ, ਵਾਕ ਵਿੱਚ ਹੌਲੀ ਹੌਲੀ ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ? ਹਾਂਜੀ, ਉਹ ਹੌਲੀ ਹੌਲੀ ਤੁਰਦਾ ਹੈ, ਇਹਦੇ ਵਿੱਚ ਹੌਲੀ ਹੌਲੀ ਜਿਹੜਾ ਸ਼ਬਦ ਆਇਆ ਉਹਦਾ ਸੰਬੰਧ ਕਿਸ ਚੀਜ਼ ਨਾਲ ਹੈ? ਆਪਸ਼ਨ ਇਹ ਹੈ ਜੀ ਵਿਸ਼ੇਸ਼ਣ ਹੈ, ਬੀ ਪੜਨਾਂਵ ਹੈ, ਸੀ ਕਿਰਿਆ ਵਿਸ਼ੇਸ਼ਣ ਹੈ, ਜਾਂ ਡੀ ਕਿਰਿਆ ਹੈ। ਹੌਲੀ ਹੌਲੀ ਸ਼ਬਦ ਕੀ ਹੈ ਜੀ ਇਸ ਵਾਕ ਦੇ ਵਿੱਚ? ਜਲਦੀ ਜਲਦੀ ਕਰ ਦਿਓ ਆਨਸਰ। ਹਾਂਜੀ, ਤੋ ਸਹੀ ਜੋ ਰਹੇਗਾ ਜੀ ਜਵਾਬ ਉਹ ਰਹੇਗਾ ਆਪਸ਼ਨ ਸੀ, ਕਿਰਿਆ ਵਿਸ਼ੇਸ਼ਣ ਹੈ। ਹੌਲੀ ਹੌਲੀ ਸ਼ਬਦ ਜਿਹੜਾ ਇਸ ਵਾਕ ਦੇ ਵਿੱਚ ਆਇਆ ਉਹ ਹੈ ਕਿਰਿਆ ਵਿਸ਼ੇਸ਼ਣ। ਠੀਕ ਹੈ ਜੀ, ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਇਸ ਪੁਸਤਕ ਦਾ ਕਰਤਾ ਕੌਣ ਹੈ? ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ ਪੁਸਤਕ ਦਾ ਕਰਤਾ ਕੌਣ ਹੈ? ਆਪਸ਼ਨ ਏ ਹੈ ਜੀ ਹਰਭਜਨ ਸਿੰਘ, ਬੀ ਹੈ ਸੰਤ ਸਿੰਘ ਸੇਖੋਂ, ਸੀ ਜੀਤ ਸਿੰਘ ਜੋਸ਼ੀ, ਡੀ ਅਤਰ ਸਿੰਘ। ਹਾਂਜੀ, ਜਲਦੀ ਜਲਦੀ ਦੇ ਦਿਓ ਜੀ ਆਨਸਰ। ਪੰਜਾਬੀ ਅਧਿਆਪਨ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ ਇਸ ਪੁਸਤਕ ਦਾ ਕਰਤਾ ਹੈ ਉਹ ਤੁਸੀਂ ਦੱਸਣਾ ਜੀ ਕੌਣ ਹੈ ਜੀ? ਆਪਸ਼ਨ ਏ ਹੈ ਜੀ ਹਰਭਜਨ ਸਿੰਘ, ਬੀ ਸੰਤ ਸਿੰਘ ਸੇਖੋਂ, ਸੀ ਹੈ ਜੀਤ ਸਿੰਘ ਜੋਸ਼ੀ, ਡੀ ਹੈ ਅਤਰ ਸਿੰਘ। ਹਾਂਜੀ, ਪੰਜਾਬੀ ਅਧਿਆਪਨ ਤੇ ਬਦਲਦੇ ਪਰਿਪੇਖ। ਸਹੀ ਜੋ ਰਹੇਗਾ ਜੀ ਦਾ ਜਵਾਬ ਜੀ ਬਿਲਕੁਲ ਉਹ ਰਹੇਗਾ ਆਪਸ਼ਨ ਸੀ ਜੀਤ ਸਿੰਘ ਜੋਸ਼ੀ। ਜੀਤ ਸਿੰਘ ਜੋਸ਼ੀ ਜੋ ਹੈ ਉਹ ਇਸ ਪੁਸਤਕ ਦਾ ਕਰਤਾ ਹੈ। ਠੀਕ ਹੈ ਜੀ, ਅਗਲਾ ਪ੍ਰਸ਼ਨ ਲੈਂਦੇ ਹਾਂ। ਕਿਹੜਾ ਲੋਕ ਗੀਤ ਰੂਪ ਵਿਆਹ ਨਾਲ ਸੰਬੰਧਿਤ ਨਹੀਂ ਹੈ? ਹਾਂਜੀ, ਲੋਕ ਗੀਤ ਦੇ ਰੂਪ ਦੱਸੇ ਹੋਏ ਜੀ, ਉਹਨਾਂ ਵਿੱਚੋਂ ਜਿਹੜਾ ਵਿਆਹ ਦੇ ਨਾਲ ਸੰਬੰਧਿਤ ਨਹੀਂ ਹੈ ਉਹ ਤੁਸੀਂ ਦੱਸਣਾ ਹੈ। ਆਪਸ਼ਨ ਏ ਹੈ ਜੀ ਸਿੱਠਣੀਆਂ, ਬੀ ਹੈ ਸੁਹਾਗ, ਸੀ ਹੈ ਘੋੜੀਆਂ, ਡੀ ਹੈ ਕੀਰਨੇ। ਇਹਨਾਂ ਵਿੱਚੋਂ ਕਿਹੜਾ ਕਾਵਿ ਰੂਪ ਜਿਹੜਾ ਵਿਆਹ ਨਾਲ ਸੰਬੰਧਿਤ ਨਹੀਂ ਹੈ? ਆਪਸ਼ਨ ਇਹ ਹੈ ਜੀ ਸਿੱਠਣੀਆਂ, ਬੀ ਹੈ ਸੁਹਾਗ, ਸੀ ਹੈ ਘੋੜੀਆਂ, ਡੀ ਹੈ ਕੀਰਨੇ।
ਸਹੀ ਰਹੇਗਾ ਜੀ ਜਵਾਬ ਜਿਹੜਾ ਆਪਸ਼ਨ ਡੀ ਰਹੇਗਾ, ਕਿਉਂਕਿ ਕੀਰਨੇ ਜਿਹੜੇ ਆ ਉਹ ਡੈਥ ਨਾਲ ਸੰਬੰਧਿਤ ਹੁੰਦੇ ਆ, ਉਹ ਇਹਦੇ ਨਾਲ ਸੰਬੰਧਿਤ ਨਹੀਂ ਹੈਗੇ। ਠੀਕ ਹੈ ਜੀ, ਆਪਸ਼ਨ ਡੀ ਰਹੇਗਾ ਕੀਰਨੇ। ਅਗਲਾ ਲੈਂਦੇ ਹਾਂ ਜੀ ਪ੍ਰਸ਼ਨ। ਸਭ ਤੋਂ ਵੱਧ ਕਿੱਸੇ ਕਿਸ ਕਵੀ ਦੀ ਰਚਨਾ ਹਨ? ਹਾਂਜੀ, ਕਿਸ ਕਵੀ ਜਿਹੜਾ ਹੈਗਾ ਜੀ ਕਿੱਸਾਕਾਰ, ਉਹਨੇ ਸਭ ਤੋਂ ਵੱਧ ਕਿੱਸੇ ਲਿਖੇ ਹੈ ਜੀ। ਹਾਂਜੀ, ਸਹੀ ਰਹੇਗਾ ਜੀ ਜਵਾਬ, ਬਿਲਕੁਲ ਸਹੀ ਹੈ ਜੀ ਤੁਹਾਡਾ ਸਾਰਿਆਂ ਦਾ। ਸਭ ਤੋਂ ਵੱਧ ਕਿੱਸੇ ਅਹਿਮਦ ਯਾਰ ਨੇ ਲਿਖਿਆ, ਆਪਸ਼ਨ ਏ ਰਹੇਗਾ ਸਹੀ ਜਵਾਬ। ਠੀਕ ਹੈ ਜੀ, ਅਗਲਾ ਲੈਂਦੇ ਹਾਂ ਪ੍ਰਸ਼ਨ। ਪੰਜਾਬੀ ਭਾਸ਼ਾ ਸਰੋਤ ਤੇ ਸਰੂਪ ਪੁਸਤਕ ਦਾ ਲੇਖਕ ਹੈ? ਆਪਸ਼ਨ ਏ ਹੈ ਜੀ ਪਿਆਰਾ ਸਿੰਘ ਪਦਮ, ਬੀ ਬੂਟਾ ਸਿੰਘ ਬਰਾੜ, ਸੀ ਪ੍ਰੇਮ ਪ੍ਰਕਾਸ਼ ਸਿੰਘ, ਡੀ ਦੁਨੀ ਚੰਦਰ। जी सही रहेगा जवाब, पंजाबी भाषा स्रोत ते स्वरूप पुस्तक जिहड़ी है उहदा लेखक है जी बूटा सिंह बराड़। ऑप्शन बी सही जवाब रहेगा जी। अगला लैंदे हां प्रश्न। किस्सा ते पंजाबी किस्सा दा करता है? हाँ जी, किस्सा ते पंजाबी किस्सा पुस्तक इहदा करता दसना है जी तुसीं। ਕਿੱਸਾ ਅਤੇ ਪੰਜਾਬੀ ਕਿੱਸਾ ਪੁਸਤਕ ਦਾ ਲੇਖਕ, ਆਪਸ਼ਨ ਇਹ ਹੈ ਜੀ ਜੀਤ ਸਿੰਘ ਸ਼ੀਤਲ, ਬੀ ਦੀਵਾਨ ਸਿੰਘ, ਸੀ ਵਿਕਰਮ ਸਿੰਘ ਘੁੰਮਣ, ਡੀ ਹੈ ਗੁਰਦੇਵ ਸਿੰਘ। ਹਾਂਜੀ, ਕਿੱਸਾ ਅਤੇ ਪੰਜਾਬੀ ਕਿੱਸਾ ਪੁਸਤਕ ਦਾ ਲੇਖਕ ਦੱਸਣਾ ਹੈ ਜੀ ਤੁਸੀਂ। ऑप्शन ए है जी जीत सिंह शीतल, बी दीवान सिंह, सी विक्रम सिंह घुम्मन, डी गुरदेव सिंह। तो सही रहेगा जी जवाब, ऑप्शन बी दीवान सिंह का है किस्सा ते पंजाबी किस्सा। ठीक है जी, अगला लेने प्रश्न। हाँ जी, जन्म साखी संवाद ते मुलांकण दा लेखक कौन है जी? जन्म साखी संवाद ते मुलांकण, ऑप्शन ए है जी भाई वीर सिंह, बी है सविंदरजीत सिंह सागर, सी है रतन सिंह जग्गी, डी है प्यार सिंह। हाँ जी, जन्म साखी संवाद ते मुलांकण दा लेखक। जी सही रहेगा जी जवाब, ऑप्शन बी
सुविंदरजीत सिंह सागर है जी का लिखक। ठीक है, अगला लेने हैं प्रश्न। साडा साहित्य अते धर्म का लेखक है, हाँ जी साडा साहित्य अते धर्म, ऑप्शन ए है जी हरभजन सिंह, बी है सुरजीत सिंह हांस, सी गुरचरण सिंह, डी है तारण सिंह। साडा साहित्य अते धर्म का लेखक हरभजन सिंह, बी सुरजीत हांस, सी गुरचरण सिंह, डी तारण सिंह। सही रहेगा जी जवाब ऑप्शन बी, सुरजीत सिंह हांस इस पुस्तक का कर्ता है जी। ये तो अलावा जी पुस्तक है जी सुरजीत सिंह हांस और दी। सुरजीत हांस की एकता यही है जी साडा साहित्य धर्म, वो तो बिना इन्हें है साडा साहित्य इतिहास, साडा साहित्य सभ्याचार। ठीक है जी, साडा साहित्य के नाल तीन पुस्तक हैं जी इन्हें, साडा साहित्य इतिहास, साडा साहित्य धर्म, साडा साहित्य सभ्याचार। एक गल याद रखियो, फिर जो साडा साहित्य जिक्र आऊगा उदों वो पुस्तक होनगियां सुरजीत सिंह हांस दी। ठीक है जी, ये तो बिना हरभजन सिंह होरां दी असीं कई बार गल कर चुके हैं जी, साहित्य शास्त्र, त्रासदी, साहित्य विज्ञान, साहित्य अध्ययन, मुल ते मुलांकन, अध्ययन ते अध्यापन, रचना संरचना, पत्राजली, एक खत तेरे ना रूप की, पारगामी सिस्टमी, साहित्य सिद्धांत, मेरी पसंद, प्यार ते परिवार, खामोशी दा जजीरा, पुरातन जन्म साखी, आरंभिका, रूसी रूपवाद, ये जड़िया पुस्तक ये सारिया है हरभजन सिंह होर दी। ठीक है जी, चलो हूँ ज़्यादा आप गलों से ना पाइए, फिर जल्दी ही थोड़ा अगे असी गुरचरण सिंह होर की है साहित्य सिद्धांत समस्या तुम जानते ही हो, तो तारण सिंह होर भी असी पहला जी वीडियो है वो असी वार बार इन्हों के बारे में भी जिक्र कर चुके हैं। ठीक है जी, अगला लेने प्रश्न आप, तो तारण सिंह की भी फिर दस दें, तारण सिंह की दसी हुई वैसे तो कई बार, गुरु नानक चिंतन ते कला, दसम ग्रंथ रूप ते रस, गुरु तेग बहादुर जीवन ते समीख्या, श्री गुरु ग्रंथ साहिब का साहित्यक इतिहास, इस तरह दिया धार्मिक जो विषय है उन्होंने उपर तारण सिंह दुस्तक है। अगे आ जी प्रश्न साढ़ा, धरती नचे अंबर नचे का करता कौन है, धरती नचे अंबर नचे, ऑप्शन ए है जी हरजीत सिंह, बी कुलदीप कौर दोसांझ, सी नार सिंह, डी है एन कौर। धरती नचे अंबर नचे इस पुस्तक का कर्ता कौन है जी, तुसीं दसना है। ऑप्शन ए है जी हरजीत सिंह, बी कुलदीप कौर दोसांझ, सी नार सिंह, डी एन कौर। सही रहेगा जी जवाब, धरती नचे अंबर नचे का करता है कुलदीप कौर दोसांझ, ऑप्शन बी रहेगा जी सही जवाब। अगला है साडा प्रश्न, जंगल दे शेर नावल किसकी रचना है, हाँ जी जंगल दे शेर नावल किसकी रचना है, ऑप्शन ए है जी अमृता प्रीतम, बी जसवंत सिंह कमल, सी भाई वीर सिंह, डी चरण सिंह शहीद। जंगल दे शेर, जंगल दे शेर नावल किसकी रचना है, ऑप्शन ए है जी अमृता प्रीतम, बी जसवंत सिंह कमल, सी भाई वीर सिंह, डी चरण सिंह शहीद। जंगल दे शेर नावल किसकी रचना है, ऑप्शन ए है जी अमृता प्रीतम, बी जसवंत सिंह कमल, सी भाई वीर सिंह, डी चरण सिंह शहीद। जंगल दे शेर नावल किसकी रचना है, सही रहेगा जी जवाब,
ਬਿਲਕੁਲ ਆਪਸ਼ਨ ਬੀ ਜਸਵੰਤ ਸਿੰਘ ਕਮਲ ਹੋਰਾਂ ਦੀ ਰਚਨਾ ਹੈ ਜੀ ਜੰਗਲ ਦੇ ਸ਼ੇਰ। ਠੀਕ ਹੈ ਜੀ, ਅਗਲਾ ਪ੍ਰਸ਼ਨ ਲੈਂਦੇ ਹਾਂ। ਅੱਜ ਕੱਲ੍ਹ ਤੇ ਭਲਕ ਨਾਟਕ ਕਿਸਦਾ ਹੈ ਜੀ? ਹਾਂ ਸੋਰੀ, ਕੱਲ੍ਹ ਅੱਜ ਭਲਕ ਨਾਟਕ ਕਿਸਦਾ ਹੈ? ਕੱਲ੍ਹ ਅੱਜ ਭਲਕ ਨਾਟਕ ਕਿਸਦਾ ਹੈ? ਆਪਸ਼ਨ ਏ ਹੈ ਜੀ ਹਰਭਜਨ ਸਿੰਘ, ਬੀ ਕਪੂਰ ਸਿੰਘ ਘੁੰਮਣ, ਸੀ ਹਰਚਰਨ ਸਿੰਘ, ਡੀ ਹਰਸਰਨ ਸਿੰਘ। ਕੱਲ੍ਹ ਅੱਜ ਭਲਕ ਨਾਟਕ ਕਿਸਦਾ ਹੈ ਜੀ? ਉਹਨਾਂ ਦਾ ਨਾਟਕਕਾਰ ਦੱਸਣਾ ਜੀ, ਕੱਲ੍ਹ ਅੱਜ ਤੇ ਭਲਕ ਦਾ। ਕੱਲ੍ਹ ਅੱਜ ਭਲਕ ਨਾਟਕ ਕਿਸਦਾ ਹੈ? ਆਪਸ਼ਨ ਏ ਹੈ ਜੀ ਹਰਭਜਨ ਸਿੰਘ, ਬੀ ਹੈ ਕਪੂਰ ਸਿੰਘ ਘੁੰਮਣ, ਸੀ ਹਰਚਰਨ ਸਿੰਘ, ਡੀ ਹਰਸਰਨ ਸਿੰਘ। ਸਹੀ ਰਹੇਗਾ ਜੀ ਜਵਾਬ ਆਪਸ਼ਨ ਸੀ, ਹਰਚਰਨ ਸਿੰਘ ਹੋਰਾਂ ਦਾ ਨਾਟਕ ਹੈ ਜੀ। ਹਾਂਜੀ, ਕੱਲ੍ਹ ਅੱਜ ਤੇ ਭਲਕ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ ਜੀ ਹਰਚਰਨ ਸਿੰਘ ਉਹਨਾਂ ਨੂੰ, ਕਿਹੜੇ ਸਾਲ 'ਚ ਮਿਲਿਆ ਜੀ ਦੱਸੋ ਜ਼ਰਾ ਹਰਚਰਨ ਸਿੰਘ ਹੋਰਾਂ ਨੂੰ? ਕੱਲ੍ਹ ਅੱਜ ਤੇ ਭਲਕ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ ਸੀ, ਕਿਹੜੇ ਸਾਲ ਵਿੱਚ? ਜਲਦੀ ਜਲਦੀ ਦੱਸ ਦਿਓ। ਸਹੀ ਰਹੇਗਾ ਜੀ ਕਿ 1973 ਦੇ ਵਿੱਚ ਇਸ ਪੁਸਤਕ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਹਰਚਰਨ ਸਿੰਘ ਜੀ ਨੂੰ। ਚਲੋ ਅਗਲਾ ਲੈਂਦੇ ਹਾਂ ਜੀ ਪ੍ਰਸ਼ਨ। ਪਾਗਲ ਲੋਕ ਪੁਸਤਕ ਦੀ ਵਿਧਾ ਹੈ, ਹਾਂਜੀ ਪਾਗਲ ਲੋਕ ਜੋ ਪੁਸਤਕ ਹੈ ਜੀ ਉਹਦੀ ਵਿਧਾ ਦੱਸਣੀ ਹੈ ਤੁਸੀਂ। ਆਪਸ਼ਨ ਏ ਹੈ ਜੀ ਨਾਵਲ, ਬੀ ਕਵਿਤਾ, ਸੀ ਨਾਟਕ, ਡੀ ਕਹਾਣੀ। ਹਾਂਜੀ, ਪਾਗਲ ਲੋਕ ਪੁਸਤਕ ਦੀ ਵਿਧਾ ਕਿਹੜੀ ਹੈ ਜੀ? ਜਲਦੀ ਜਲਦੀ ਦੱਸ ਦਿਓ, ਪਾਗਲ ਲੋਕ ਪੁਸਤਕ ਦੀ ਵਿਧਾ ਕਿਹੜੀ ਹੈ? ਪਾਗਲ ਲੋਕ ਪੁਸਤਕ ਦੀ ਵਿਧਾ ਦੱਸਣੀ ਹੈ ਜੀ ਤੁਸੀਂ। ਪਾਗਲ ਲੋਕ ਪੁਸਤਕ ਦੀ ਵਿਧਾ ਕਿਹੜੀ ਹੈ? ਆਪਸ਼ਨ ਏ ਹੈ ਜੀ ਨਾਵਲ, ਬੀ ਹੈ ਕਵਿਤਾ, ਸੀ ਹੈ ਨਾਟਕ, ਡੀ ਹੈ ਕਹਾਣੀ। ਹਾਂਜੀ, ਪਾਗਲ ਲੋਕ ਪੁਸਤਕ ਦੀ ਵਿਧਾ ਕੀ ਹੈ? ਸਹੀ ਰਹੇਗਾ ਜੀ ਜਵਾਬ ਆਪਸ਼ਨ ਸੀ ਨਾਟਕ ਹੈ ਜੀ। ਰਾਈਟਰ ਦਾ ਨਾਮ ਦੱਸ ਦਿਓ ਜੀ ਜਲਦੀ ਜਲਦੀ। ਪਾਗਲ ਲੋਕ ਪੁਸਤਕ ਦਾ ਲੇਖਕ ਕੌਣ ਹੈ? ਹਾਂਜੀ ਜਲਦੀ ਦੱਸ ਦਿਓ, ਪਾਗਲ ਲੋਕ ਪੁਸਤਕ ਦਾ ਲੇਖਕ ਕੌਣ ਹੈ? ਸਹੀ ਰਹੇਗਾ ਜੀ ਜਵਾਬ, ਬਿਲਕੁਲ ਜੀ ਬਿਲਕੁਲ ਠੀਕ ਹੈ ਤੁਹਾਡਾ ਸਾਰਿਆਂ ਦਾ, ਕਪੂਰ ਸਿੰਘ ਘੁੰਮਣ। ਤੇ ਇਹਦੇ ਲਈ ਵੀ ਫਿਰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਜੀ, ਕਿਹੜੇ ਸਾਲ ਦੇ ਵਿੱਚ ਉਹ ਵੀ ਦੱਸ ਦਿਓ ਜਲਦੀ ਜਲਦੀ। ਪਾਗਲ ਲੋਕ ਕਪੂਰ ਸਿੰਘ ਘੁੰਮਣ ਦਾ ਨਾਟਕ ਹੈ, ਇਸ ਨਾਟਕ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਕਿਹੜੇ ਸਾਲ ਦੇ ਵਿੱਚ ਮਿਲਿਆ? ਜੀ ਬਿਲਕੁਲ, 1984 ਦੇ ਵਿੱਚ ਮਿਲਿਆ ਸੀਗਾ ਜੀ, ਸਹੀ ਇਹਦਾ ਰਹੇਗਾ 1984 ਦੇ ਵਿੱਚ ਪਾਗਲ ਲੋਕ ਇਸ ਪੁਸਤਕ ਨੂੰ
साहित्य अकादमी का पुरस्कार मिले। अगला लेने जी प्रश्न, केड़ा समीक्षक हीर वारे शाह का संपादक नहीं है? केड़ा समीक्षक हीर वारे शाह का संपादक नहीं है? ऑप्शन ए है जी भाई मेरे गुरु, शमशेर सिंह अशोक, बी है बिक्रम सिंह घुमण, सी जीत सिंह शीतल, डी रणधीर सिंह चंद। केड़ा समीक्षक हीर वारे शाह का संपादक नहीं है? शमशेर सिंह अशोक, बिक्रम सिंह घुमण, जीत सिंह शीतल, रणधीर सिंह चंद। केड़ा समीक्षक हीर वारे शाह का संपादक नहीं है? सही रहेगा जी जवाब ऑप्शन डी, रणधीर सिंह चंद जिहड़े आ वो संपादक नहीं हैगे हीर वारे शाह। ठीक है जी, अगला लैंदे हां प्रश्न। सभ्याचार सिद्धांत ते विहार का लेखक है? हाँ जी, सभ्याचार सिद्धांत ते विहार इस पुस्तक का लेखक दसना जी तुसी। ऑप्शन ए है गुरबख्श सिंह फ्रैंक, बी जीत सिंह जोशी, सी ससा ससा अमोल, डी टी आर विनोद। सभ्याचार सिद्धांत ते विहार पुस्तक का लेखक सही रहेगा जी जवाब ऑप्शन बी, जीत सिंह जोशी जिहड़े है उन्हां दी है पुस्तक सभ्याचार सिद्धांत ते विहार। ठीक है जी, अगे लैने प्रश्न आसान है काफी। धूनी दी अग नाटक का रचनकार कौन है? धूनी दी अग नाटक का रचनकार कौन है? धूनी दी अग नाटक का रचनकार ऑप्शन ए है जी ईश्वर चंद्र नंदा, बी हरचरण सिंह, सी आत्मजीत, डी बलवंत गार्गी। धूनी दी अग नाटक दा नाटककार जी सही जवाब रहेगा। ऑप्शन डी बलवंत गार्गी जो है वो धूनी दी अग नाटक का रचनकार है। कौडियां वाला सप पुस्तक विच शामिल हन? हाँ जी, कौडियां वाला सप जिहड़ी पुस्तक है उहदे विच की है जी? ऑप्शन ए है जी सप्पां दीआं किस्मां, बी कवियां दे जीवन वृतांत, सी चोणवियां गजलां, या डी रेखा चित्र। कौड़ियां वाला सप पुस्तक दे विच केड़ी चीज़ है जी, जल्दी जल्दी दस दो। जी सही रहेगा जवाब। ऑप्शन डी रहेगा सही, रेखा चित्र है जी जिहड़ी पुस्तक है कौडियां वाला सप पुस्तक दे विच रेखा चित्र दिते गए है जी। लेखक दा भी दस दिओ जी नाम, कौडियां वाला सप किहने लिखिआ सी, कौन है लेखक कौडियां वाला सप दा, दस्सिओ जल्दी जल्दी।
ਕੌਡੀਆਂ ਵਾਲਾ ਸੱਪ ਦਾ ਲੇਖਕ। ਬਿਲਕੁਲ ਜੀ, ਠੀਕ ਹੈ ਜੀ, ਸਹੀ ਹੈ ਜੀ, ਬਲਵੰਤ ਗਾਰਗੀ ਜੀ ਹੈ ਜੀ ਕੌਡੀਆਂ ਵਾਲਾ ਸੱਪ। ਚਲੋ ਇੱਦਾਂ ਹੀ ਨਾਲ ਦੀ ਨਾਲ ਦੱਸ ਦਿਓ ਫਿਰ, ਕਿਰਮਚੀ ਲਕੀਰਾਂ ਇਹ ਕਿਹਦੀ ਪੁਸਤਕ ਹੈ ਜੀ, ਇਹਦਾ ਰਾਈਟਰ ਵੀ ਦੱਸ ਦਿਓ, ਕਿਰਮਚੀ ਲਕੀਰਾਂ। ਕਿਰਮਚੀ ਲਕੀਰਾਂ हाँ जी सही है जी, किरमची लकीरा है अमृता प्रीतम जी। तकिए दा पीर ये की दी है जी, तकिए दा पीर ये दा लेखक भी दस दे जल्दी जल्दी, तकिए दा पीर। हाँ जी तकिए दा पीर, ठीक है जी, अजीत कौर होरां दी है जी तकिए दा पीर। ते एक होर पूछ ली, जीवन जोगे, जीवन जोगे दस दियो फिर कि है। हाँ जी जीवन जोगे, ठीक है जी, जौन जोगे पुस्तक जो है वो है दलीप कौर टिवाणा की, ठीक है जी। चलो अगे चलते हैं। पंजाबी विच धीमे बोलों का शायर है, हाँ जी धीमे बोलों का शायर कौन है जी पंजाबी दे विच? ऑप्शन ए है सुरजीत पात्र, बी पाश, सी तख्त सिंह, डी सोहन सिंह मीशा। ससा ससा मीशा, हाँ जी धीमे बोलों का शायर। ठीक है जी, सही जवाब रहेगा ऑप्शन डी, ससा ससा मीशा नूं धीमे बोलां दा शायर कहा जाता। ठीक है जी अगला लेने हैं प्रश्न। 8 रन्ना दी दोस्ती खुरी जिन्हां दी मत, किस किस्साकार दी पंक्ति है? हाँ जी केड़े किस्साकार दी पंक्ति है जी? ऑप्शन ए है जी दमोदर, बी वारिस शाह, सी कादर या डी पीलू। 8 रन्ना दी दोस्ती खुरी जिन्हां दी मत, हाँ जी ये केड़े किस्साकार दी पंक्ति है? हाँ जी सही रहेगा जी जवाब ऑप्शन डी, पीलू की है जी, मिर्जा किस्सा जरा उन्हों का है, मिर्जा साहबा वे है जी। प्रवासी पंजाबी लेखक होंगे है, हाँ जी किनू कहने जी पंजाबी, प्रवासी पंजाबी लेखक? ऑप्शन ए है जी पंजाब विच रहिंदा पंजाबी लेखक, बी है दिल्ली विच रहिंदा पंजाबी लेखक, सी पंजाबों बाहर रहिंदा पंजाबी लेखक, या डी विदेशी धरती उपर रहिंदा पंजाबी लेखक। जी पंजाब प्रवासी पंजाबी लेखक किनू कहेंगे? सही जवाब रहेगा जी ऑप्शन डी, प्रवासी
ਜਿਹੜਾ ਵਿਦੇਸ਼ੀ ਧਰਤੀ ਉੱਪਰ ਰਹਿਣ ਵਾਲਾ ਪੰਜਾਬੀ ਲੇਖਕ ਹੈ ਉਹਨਾਂ ਨੂੰ ਅਸੀਂ ਪ੍ਰਵਾਸੀ ਪੰਜਾਬੀ ਲੇਖਕ ਕਹਿੰਦੇ ਹਾਂ। ਜੀ ਅਗਲਾ ਹੈ ਪ੍ਰਸ਼ਨ, ਭਾਰਤ ਦੇਸ਼ ਹੈ, ਹਾਂਜੀ ਭਾਰਤ ਕਿਹੋ ਜਿਹਾ ਦੇਸ਼ ਹੈ ਜੀ? ਆਪਸ਼ਨ ਏ ਹੈ ਜੀ ਇੱਕ ਭਾਸ਼ੀ, ਬੀ ਬਹੁਗਿਣਤੀ ਭਾਸ਼ੀ, ਬੀ ਸੀ ਬਹੁ ਭਾਸ਼ੀ, ਡੀ ਬੀ ਭਾਸ਼ੀ। ਕਿਹੋ ਜਿਹਾ ਦੇਸ਼ ਹੈ ਜੀ ਭਾਰਤ? ਬਿਲਕੁਲ ਜੀ ਸਹੀ ਜਵਾਬ ਰਹੇਗਾ, ਬਹੁਭਾਸ਼ੀ ਦੇਸ਼ ਹੈ ਜੀ ਭਾਰਤ, ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਭਾਰਤ ਦੇ ਵਿੱਚ ਬੋਲੀਆਂ ਜਾਂਦੀਆਂ। ਠੀਕ ਹੈ ਜੀ, ਇਹ ਸਾਡੀ ਅੱਜ ਦੀ ਵੀਡੀਓ ਸੀ, ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਈ ਹੋਏਗੀ। ਅਤੇ ਕਈ ਦਿਨਾਂ ਬਾਅਦ ਵਾਪਸ ਆਏ ਹਾਂ ਜੀ ਟੀਚਿੰਗ ਦੇ ਉੱਪਰ, ਹੁਣ ਅਸੀਂ ਕੋਸ਼ਿਸ਼ ਕਰਾਂਗੇ ਲਗਾਤਾਰ ਵੀਡੀਓਜ਼ ਜਿਹੜੀਆਂ ਅਪਲੋਡ ਕਰੀਏ। ਉਸ ਦਿਨ ਵੀ ਜਾਂਦੇ ਜਾਂਦੇ ਹੀ ਵੀਡੀਓ ਜਿਹੜੀ ਤੋਂ ਪਹਿਲਾਂ 39 ਨੰਬਰ ਸਾਡਾ ਮੌਕ ਟੈਸਟ ਸੀਗਾ, ਉਹ ਵੀ ਜਲਦੀ ਜਲਦੀ ਦੇ ਵਿੱਚ ਹੀ ਅਸੀਂ ਕੀਤੀ ਸੀਗੀ, ਕਲਾਸ ਲਈ ਸੀ। ਹੁਣ ਉਮੀਦ ਕਰਾਂਗੇ ਜੀ ਜਲਦੀ ਜਲਦੀ ਆਪਾਂ ਲੈ ਸਕੀਏ। ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਕਿਸ ਤਰ੍ਹਾਂ ਦੀ ਲੱਗੀ। ਅਤੇ ਨੰਬਰ ਹੈ ਜੀ ਸਾਡਾ, ਬਿਆਸੀ 642 36 201। ਠੀਕ ਹੈ ਜੀ, ਇਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ, ਸਾਡੇ ਨਾਲ PDF ਲੈ ਸਕਦੇ ਹੋ ਜੀ, ਪ੍ਰੈਕਟਿਸ ਪੇਪਰ ਔਰ ਜਿੰਨੇ ਵੀ ਸਾਡੇ ਮੌਕ ਟੈਸਟ ਜਾਂ ਲੈਕਚਰ ਸੀਰੀਜ਼ ਦੀਆਂ ਵੀਡੀਓਜ਼ ਹੈਗੀਆਂ। ਠੀਕ ਹੈ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ ਸਾਰਿਆਂ ਦਾ, ਥੈਂਕ ਯੂ ਜੀ।